देसी ब्लॉग मलकीत कौर च तुहाडा स्वागत है। ते तुसी सारे किदां हो, ठीक ठाक हो? ता आजो चौहान साहब, एक मिनट ता तुहानू कोई दिखान जा रहे हैं जी अज असी। हेलो नमस्कार। ता देखो जी साडा यूट्यूब तो आ गया जी पिन। ए पिन आया जी गूगल वालों, गूगल वालों पिन आया साडा। मैं जिन्नी भी साडी यूट्यूब फैमिली ओनू दसना जरूरी है। सानू बड़ी खुशी हुई है, अपना गूगल आला ने सानू यूट्यूब पिन भेजे। थोड़ी जी कामयाबी दी झलक दिखाई दी थोड़ी कामयाबी झलक दिखाई दी है। आपां हुण इहनू अनबॉक्स कर देने आं, देखने आं, ठीक है जी। तां वैसे सानू बहुत खुशी हुई है, बहुत खुशी हुई सानू जी, बहुत ज्यादा। देखो जी, वाह जी वाह, मलकीत कौर पार्टी करेगी, पार्टी करांगे। वीडियो जनाब साडियां जरूर वेख्या करो, साडे जिहड़े रामलीला वाली वीडियो सी उहदे ते तुहाडा प्रेम प्यार चंगा मिलिया है। सारे वीडियो ते मतलब प्यार तुहाडा मिले तां ही है। हां, तां तुहाडे प्यार तों बिना नहीं चलनी गड्डी है। फिर वीडियो बनाउण नूं वी जी करदा ना जे सारे देखोगे। इह तुहाडे प्रेम प्यार तों बिना ठीक है जी। कुछ हदायतां हुंदियां ने, जेड़ा की पिन हुंदा ना उहनूं मतलब जेड़ा पिन कोड हुंदा ओह परसनली रखना हुंदा मतलब। हुण असीं मिल गए सानूं गूगल वाले ने भेजता, हुण असीं भरांगे ते फिर तुहाडे नाल खुशी सांझी करांगे। हांजी बिलकुल। ते थोड़ी हुण चाह चू पीने आ, ते बाकी तुहाडे करके सानूं जेड़ी भी कामयाबी मिली है तुहाडे सारे करके मिली है। तुसीं सानूं सपोर्ट कीती इन्नी तां साडा पिन आया, ते सिर्फ इह तुहाडे करके होया सब कुछ। ਇਹਦਾ ਕ੍ਰੈਡਿਟ ਅਸੀਂ ਤੁਹਾਨੂੰ ਸਾਰਿਆਂ ਨੂੰ ਦੇ ਰਹੇ ਹਾਂ। ਯੂਅਰ ਪਿੰਨ ਠੀਕ ਹੈ, ਹੈ ਨਾ? ਸਹੀ ਹੈ, ਸ਼ੁਕਰੀਆ ਮਿਹਰਬਾਨੀ। ਤੇ ਹੁਣ ਨਾ ਆਪ ਕਰੇ ਚਾਹ ਚੁੱਪੀਏ ਤੇ ਫਿਰ ਦੇਖਦੇ ਆ ਜੀ। ਇਹ ਅਸੀਂ ਸੋਚ ਹੀ ਰਹੇ ਸੀ ਵੀ ਇਹ ਇੱਕ ਦੋ ਦਿਨ ਚ ਆ ਜਾਏਗਾ, ਇਹਦੇ ਕਰਕੇ ਅਸੀਂ ਮੈਸੇਜ ਆਇਆ ਸੀ ਨਾ ਵੀ ਪਿੰਨ ਆਏਗਾ ਤੁਹਾਡਾ। ਤੇ ਤੁਹਾਡੇ ਸਾਰਿਆਂ ਦਾ ਪਿਆਰ, ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਪਿੰਨ ਤੁਹਾਡੇ ਸਦਕੇ ਹੀ ਹੋਇਆ ਜੀ ਸਭ ਕੁਛ। ਸ਼ੁਕਰੀਆ, ਥੈਂਕ ਯੂ ਸਾਰਿਆਂ ਤੋਂ ਬੜਾ ਤੁਹਾਡਾ ਸ਼ੁਕਰੀਆ ਜੀ। ਥੈਂਕ ਯੂ ਸਾਡੀ ਆਡੀਅੰਸ ਤੇ ਜਿੰਨੇ ਵੀ ਸਾਡੇ ਵਿਊਅਰਸ ਨੇ, ਸਾਡੇ ਫੈਮਿਲੀ ਜਿੰਨੀ ਵੀ ਬਣੀ ਹੋਈ ਹੈ ਯੂਟਿਊਬ ਫੈਮਿਲੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਦਿਲੋਂ ਧੰਨਵਾਦ ਹੈ, ਥੈਂਕ ਯੂ ਸੋ ਮਚ ਤੁਹਾਨੂੰ ਸਾਰਿਆਂ ਨੂੰ ਜੀ। ਤੇ ਮਿਹਰਬਾਨੀ, ਤੇ ਆਓ ਫਿਰ ਹੁਣ ਚਾਹ ਪੀਣੇ ਨੇੜੇ ਹੁੰਦੇ ਤੁਹਾਨੂੰ ਪਾਰਟੀ ਕਰੀ, ਠੀਕ ਹੈ ਜੀ। ਸ਼ੁਕਰੀਆ, ਥੈਂਕ ਯੂ। ਤਾਂ ਹਾਂਜੀ, ਹੁਣ ਪਿੰਨ ਦੀ ਖੁਸ਼ੀ ਚ ਅਸੀਂ ਸੋਚਿਆ ਕੁਝ ਮਿੱਠਾ ਹੋ ਜਾਏ, ਤੇ ਮਿੱਠੇ ਦੇ ਨਾਂ ਤੇ ਸਾਡੀ ਚਾਹ ਹੀ ਫੇਵਰੇਟ ਹੈ, ਤੇ ਅਸੀਂ ਚਾਹ ਬਣਾ ਰਹੇ ਹਾਂ। ਘਰ ਦਾ ਕੰਮ ਸਾਰਾ ਕਰ ਚੁੱਕੇ ਹਾਂ, ਸਫਾਈਆਂ ਕੱਪੜੇ ਸਾਰਾ ਕੰਮ ਖਤਮ ਸੀ, ਤੇ ਅੱਜ ਮੈਨੂੰ ਲੱਗ ਰਿਹਾ ਸੀ ਕਿਤੋਂ ਨਾ ਕਿਤੋਂ ਕੋਈ ਖੁਸ਼ਖਬਰੀ ਮਿਲੇਗੀ, ਤਾਂ ਵਾਕਈ ਅੱਜ ਖੁਸ਼ਖਬਰੀ ਮਿਲ ਗਈ। ਤਾਂ ਮਤਲਬ ਬਹੁਤ ਵਧੀਆ ਲੱਗਿਆ, ਤੁਸੀਂ ਸਾਰਿਆਂ ਨੇ ਇੰਨੀ ਕੁ ਜ਼ਿਆਦਾ ਸਾਨੂੰ ਸਪੋਰਟ ਕਰੀ ਕਿ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਤੇ ਅੱਗੇ ਵੀ ਸਪੋਰਟ ਕਰਨਾ ਜ਼ਰੂਰ ਕਿ ਅਸੀਂ ਥੋੜਾ ਮਤਲਬ ਹੋਰ ਅੱਗੇ ਪਹੁੰਚ ਸਕੀਏ। ਤੁਹਾਡੀ ਬਦੌਲਤੀ ਆ ਜੋ ਵੀ ਆ, ਤੇ ਤੁਸੀਂ ਪਿਆਰ ਦੇਣਾ ਤਾਂ ਹੀ ਅਸੀਂ ਅੱਗੇ ਮਤਲਬ ਕਿ ਪਹੁੰਚਾਂਗੇ, ਹੈ ਨਾ ਚੌਹਾਨ ਸਾਹਿਬ? ਠੀਕ ਹੈ ਨਾ? ਮੈਂ ਬਿਲਕੁਲ ਬਿਲਕੁਲ ਚਾਹ ਬਣਾ ਰਹੀ ਹਾਂ ਮਲਕੀਤ ਦਾਦੇ ਵਾਲੀ। ਪੱਤੀ ਦਾ ਰੰਗ ਦੇਖੋ ਤੁਸੀਂ, ਹਾਏ ਹਾਏ ਹਾਏ, ਕਿੱਦਾਂ ਉਬਾਲੇ ਖਾ ਰਹੀ ਹੈ ਦੇਖੋ ਜਨਾਬ। ਮਲਾਈਦਾਰ ਚਾਹ, ਮਲਾਈਦਾਰ ਚਾਹ, ਵਾਹ। ਚਲੋ ਸ਼੍ਰੀਮਾਨ ਜੀ, ਚਾਹ ਆ ਗਈ ਹੈ, ਇਹ ਵਾਲੀ ਮਲਕੀਤ ਦੀ, ਇਹ ਵਾਲੀ ਮੇਰੀ। ਚਾਹ ਅਸੀਂ ਘੱਟ ਹੀ ਪੀਨੇ ਆ, ਤੇ ਜ਼ਿਆਦਾ ਚਾਹ ਜ਼ਿਆਦਾ ਖਰਾਬ ਕਰਦੀ, ਇੰਨਾ ਨਹੀਂ ਪੀਨੇ, ਦੇਖ ਲੋ ਤੁਸੀਂ, ਠੀਕ ਹੈ ਜੀ। ਕੋਈ ਖਾਣ ਪੀਣ ਵਾਲੀ ਚੀਜ਼ ਹੋਵੇ ਫਿਰ ਜ਼ਿਆਦਾ ਪੀਵੀ ਦੀ, ਲੇਕਿਨ ਹੁਣ ਰੋਟੀ ਖਾਧੀ ਰੱਜੇ ਪਏ ਆ, ਜੀ ਨਹੀਂ ਕਰ ਰਿਹਾ ਖਾਣ ਪੀਣ ਵਾਲੀ ਚੀਜ਼ ਨੂੰ। ਹਾਂਜੀ, ਮੈਂ ਦੂਸਰੇ ਕੈਮਰਿਆਂ ਨਾਲ ਸੰਬੰਧਿਤ ਹੁੰਦਾ ਤੁਹਾਨੂੰ। ਤੇ ਲਓ ਜੀ, ਚਾਹ ਆ ਗਈ ਹੈ, ਚਾਹ ਪੀ ਲਈ। ਅੰਦਰ ਲਾਈਟ ਦੀ ਵਿਜ਼ੀਬਿਲਿਟੀ ਘੱਟ ਹੈ, ਇਹਦੇ ਨਾਲ ਫਿਕਸਲ ਫਟਦੇ ਆ, ਤੇ ਕੋਈ ਗੱਲ ਨੀ, ਆਪਾਂ ਫਿਰ ਮਿਲਦੇ ਆ ਤੁਹਾਨੂੰ। ਤੇ ਇੱਕ ਗੱਲ ਮੈਂ ਸਾਂਝੀ ਕਰਨਾ ਚਾਹਾਂਗੀ, ਜਦੋਂ ਸ਼ੁਰੂ ਤੇ ਮੈਂ ਚੈਨਲ ਬਣਾਇਆ ਸੀ, ਆਪਣਾ ਪਹਿਲੀ ਵੀਡੀਓ ਸੀ ਮੇਰੀ, ਤਾਂ ਸ਼ੁਰੂ ਚ ਮੈਂ ਕੜੀ ਤੇ ਚੌਲ ਬਣਾਏ ਸੀ, ਤਾਂ ਮਤਲਬ ਮੈਨੂੰ ਇੰਨੀ ਸ਼ਰਮ ਆਉਂਦੀ ਸੀ ਨਾ ਕਿ ਕੈਮਰੇ ਸਾਹਮਣੇ ਬੋਲਿਆ ਨਹੀਂ ਸੀ ਜਾਂਦਾ। ਤੁਸੀਂ ਉਹ ਵੀਡੀਓ ਜਾ ਕੇ ਸਾਰਿਆਂ ਤੋਂ ਨੀਚੇ ਜਾ ਕੇ ਦੇਖ ਸਕਦੇ ਹੋ। ਮਤਲਬ ਉਸ ਚ ਨਾ ਭੋਲਾਪਨ ਜਿਹਾ ਝਲਕ ਰਿਹਾ ਉਹ ਵੀਡੀਓ ਚ, ਸਭ ਤੋਂ ਪਹਿਲੀ ਵੀਡੀਓ ਇਹਦੀ। ਅੱਜ ਮੈਂ ਸੋਚ ਰਹੀ ਸੀ ਵੀ ਕਿੱਥੋਂ ਮੈਂ ਸ਼ੁਰੂ ਕਰੀ ਸੀ ਵੀਡੀਓ, ਪਰ ਚੌਹਾਨ ਸਾਹਿਬ ਨੇ ਬਹੁਤ ਸਪੋਰਟ ਕਰਿਆ, ਬਹੁਤ ਸਾਥ ਦਿੱਤਾ, ਤੇ ਇਹਨਾਂ ਦੀ ਵਜ੍ਹਾ ਨਾਲ ਹੀ ਮਤਲਬ ਮੈਂ ਅੱਗੇ ਵਧੀਆ, ਮੈਨੂੰ ਦੱਸਦੇ ਸੀ
ਵੀ ਮਲਕੀਤ ਤੂੰ ਏਦਾਂ ਬੋਲ, ਤੂੰ ਏਦਾਂ ਬੋਲ ਰਹੀ ਹੈ। ਇਹਨਾਂ ਨੇ ਬਹੁਤ ਗਾਈਡ ਕੀਤਾ ਮੈਨੂੰ ਤੇ ਬਹੁਤ ਜ਼ਿਆਦਾ ਇਹਨਾਂ ਦੀ ਸਪੋਰਟ ਰਹੀ ਮੇਰੇ ਨਾਲ ਤੇ ਮੇਰੀ ਸਪੋਰਟ ਇਹਨਾਂ ਦੇ ਨਾਲ सबस्क्राइब करो अगे तो अगे जेडे सबस्क्राइबर ने वधना थोड़े जे हौली हौली वधे जाण गे इक्को दम तां खैर कोई काम नहीं हुंदा हौली हौली सारे काम वधणे ठीक है जी अज परमात्मा करेगा वाहेगुरु करेगा कल सबसक्राइबर भी हो जाएंगे ते असी कोशिश ही करांगे कि वधिया तो वधिया वीडियो लेके आईए। हां जी दोस्तों चाह चुले भी ते मलका जिहड़ी है मलकीत शरारती मलकीत शरारती बहुत होंदी सी बचपन च मैनू इहने दसी सी गल हैलो टीवी आ गई कॉल की हाल है ठीक है बेटी भी आ गई मुंह टक्या सारा डाकू बनी बचपन च पता की करती हुंदी सी छोटी जी हुंदी जो शॉप ते जांदी सी तू ही दस यार ये गल ते रहने ही दो अरे नहीं बता तो सही वो तो मैं ना छोटी सी बचपन सी ते असी दुकान ते गए ते मैं छोटी सी मेरे सिस्टर मेरे तो वड्डे ही मतलब थोड़े समझदार सी ते कोई चीज लैण मम्मी ने भेजिया सानू ते असी शॉप च गए मतलब चीज की और जेडी खेतिया वाले नमक हुंदा सी ओह लैण भेजिया सी ते उदों ना इक तां शॉप हुंदी सी इक नाल होर रखदे सी जिहदे विच ना बोरियां हुंदियां समान दियां ते ओह बोरियां विच ना खेतिया वाला ना अंकल ने मतलब समान रखिया सी अंकल बेचारे काफी बुजुर्ग सी ते उहनां ने ना खेतिया वाला नमक अंदर रखिया सी ते मैं सी शरारती ओह कहंदे ने की लैणा सी गया नमक लैणा जेडे खेतिया वाला हुंदा ते ओह कहंदे ठीक है तुसी ना बेटा इत्थे रुको मैं अंदरों लैके आना ते ओ अंदरो लैन चले गए ते मेरी निगाह ना छोटिया छोटिया मिठिया गोलियां नी हुंदियां संतरे वाली ओ गोल गोल जी ते बचपन सी ते ओ जदों मैं देखिया मैं रह ना सकी मैं गई कोल मैं इन्नी सारी मिठी भर ली छोटे छोटे हथा नाल मैं चक ली मैं खाने लगी हजे अंकल बाहर आ गए मेनू कहते तू चोरी कर रही है चोरी कर रही है पर मैं चोरी नहीं करी मेरा जी करिया मेरे तो कंट्रोल नहीं होया सी मैं गोलियां चक के खान लगी ओ जेड़ा अंकल सी ना बाबा ओ मेरे पिछे पिछे मैं गली चगे अगे मैं इस तरह ही खंडातियां सारियां गोलियां भी डर गई ना मैं तो काफी दूर तक मेरा पिछा करदे रहे देख लो इनिया क गोलियां सी नाले ਤੇ ਮਤਲਬ ਹੁਣ ਜਦੋਂ ਮੈਨੂੰ ਯਾਦ ਆਂਦੀ ਹੈ ਨਾ ਤੇ ਮੈਂ ਕਿਹਾ ਦੱਸ ਉਹ ਵੀ ਟਾਈਮ ਸੀ ਮੈਂ ਕਿੰਨੀ ਸ਼ਰਾਰਤੀ ਸੀ ਹੈ ਨਾ ਬੱਚੇ ਇਸ ਤਰ੍ਹਾਂ ਹੁੰਦੇ ਇਸ ਤਰ੍ਹਾਂ ਤੇ ਮੈਂ ਸਾਰੀਆਂ ਸੀਟਾਂ ਹੀ ਗਲੀ ਸੀ ਅੱਛਾ ਹਾਂ ਗਲੀ ਵਿਚ ਹੀ ਸਾਰੀਆਂ ਖਡਾਈ ਮੈਂ ਡਰ ਦੇ ਮਾਰੇ ਫਿਰ ਉਹ ਬਾਬਾ ਜਿਹੜਾ ਅੰਕਲ ਸੀ ਉਹ ਵਾਪਸ ਹੋ ਗਏ ਪਤਾ ਨੀ ਤੇ ਮੇਰੀ ਭੈਣ ਵੀ ਪਿੱਛੇ ਡਰਦੀ ਡਰਦੀ ਮੇਰੇ ਉਹਨੂੰ ਕੁਛ ਨੀ ਕਿਹਾ ਸੀ ਅੱਛਾ ਤੇ ਮਤਲਬ ਦੁਪੱਟਾ ਕਿਉਂ ਫੜਿਆ ਦੁਪੱਟਾ ਉਹ ਮੈਂ ਗੱਲ ਵਿਚ ਇੰਨੀ ਹੁਣ ਸੀਗੀ ਨਾ ਅੱਛਾ ਤੇ ਮਤਲਬ ਮੈਂ ਸੋਚ ਰਹੀ ਹਾਂ ਜਿਹੜਾ ਸਾਡਾ ਬਚਪਨ ਸੀ ਨਾ ਉਹ ਭੱਜ ਭਜਾਈ ਵਾਲਾ ਸੀ ਜ਼ਿਆਦਾ ਜਿਹੜੇ ਅੱਜ ਕੱਲ ਬੱਚੇ ਨੇ ਉਹ ਸਿਰਫ ਫੋਨ ਵਾਲਾ ਹੈ ਫੋਨ ਵਾਲਾ ਫੋਨ ਵਾਲਾ ਹੈ ਨਾ ਹਾਂ ਫੋਨ ਹੋ ਗਿਆ ਮੋਬਾਈਲ ਹੋ ਗਿਆ ਇਹ ਚੀਜ਼ਾਂ ਪਹਿਲਾਂ ਫਿਜ਼ੀਕਲੀ ਸੀ ਕੰਮ ਸਾਰਾ ਹੁਣ ਤੱਕ ਸੈਟਿੰਗ ਹੈ ਸਰੀਰ ਦੀ ਇਸ ਕਰਕੇ ਕਿਉਂਕਿ ਗੇਮਾਂ ਵਗੈਰਾ ਸੀ ਦੌੜਾਂ ਚ ਤਾਂ ਮੈਂ ਫਸਟ ਆਂਦੀ ਸੀ ਮੈਂ ਬਹੁਤ ਤੇਜ਼ ਭੱਜਦੀ ਸੀ ਬਹੁਤ ਤੇਜ਼ ਭੱਜਦੀ ਸੀ ਬਹੁਤ ਤੇਜ਼ ਮੈਂ ਸਹੀ ਗੱਲ ਹੈ ਹੁਣ ਨੀ ਮੇਰੇ ਤਾਂ ਇੰਨਾ ਭੱਜਿਆ ਜਾਂਦਾ ਹਾਂ ਜਦੋਂ ਵਿਆਹ ਆਇਆ ਸੀ ਨਾ ਤੇ ਫੇਰਾਂ ਚ ਪਿੱਛੇ ਪਿੱਛੇ ਜ਼ਿਆਦਾ ਤੇਜ਼ ਭੱਜ ਗਈ ਨਹੀਂ ਨਹੀਂ ਮੇਰੇ ਤਾਂ ਵਧੀਆ ਸੀ ਉਹ ਤਾਂ ਹੋਈ ਸਾਡੀ ਹੈ ਨਾ ਮਿਹਰਬਾਨੀ ਤੇ ਹੋਰ ਕੀ ਇੱਕ ਤੁਹਾਡੀ ਗੱਲ ਹੈ ਤੁਸੀਂ ਭੁਲੇਖੇ ਚ ਹੀ ਰਹਿ ਗਏ ਹੈ ਨਾ ਕਿਵੇਂ ਜੇ ਤੁਸੀਂ ਦੇਖਣ ਗਏ ਸੀ ਕਿਸੇ ਕੁੜੀ ਨੂੰ ਪਿੰਡ ਤੇ ਦੇਖਣ ਦਾ ਮੈਨੂੰ ਹੀ ਗਏ ਸੀ ਤੇ ਮਤਲਬ ਲੱਕੜ ਜਿਹੜਾ ਦਰਵਾਜਾ ਸੀ ਤੇ ਕਿਸੇ ਨਾ ਰਿਸ਼ਤੇਦਾਰ ਦੀ ਮਤਲਬ ਲੜਕੀ ਦੀ ਅੰਗੇਜਮੈਂਟ ਹੋਣੀ ਸੀ ਸ਼ਗਨ ਜਿਹਨੂੰ ਕਹਿੰਦੇ ਨੇ ਕਾਫੀ ਲੋਕ ਆਉਂਦੇ ਨੇ ਉਦੋਂ ਵੀ ਤੇ ਸਾਨੂੰ ਵੀ ਸੱਦਿਆ ਸੀ ਤੇ ਮੈਂ ਗਈ ਮਤਲਬ ਗ੍ਰੀਨ ਜਿਹਾ ਤੋਂ ਫਰੋਕ ਸੂਟ ਜਿਹਾ ਪਾਇਆ ਸੀ ਰਿਵਾਜ ਦੇ ਹਿਸਾਬ ਨਾਲ ਸਿੰਪਲ ਸੀ ਬਿਲਕੁਲ ਤੇ ਜਦੋਂ ਮੈਂ ਗਈ ਤੇ ਮੈਂ ਲੱਕੜ ਜਿਹਾ ਦਰਵਾਜਾ ਜਿਹਾ ਖੋਲਿਆ ਮੈਂ ਅੰਦਰ ਗਈ ਤੇ ਸਾਹਮਣੇ ਪਿਆਜ਼ ਕੱਟ ਰਹੇ ਸੀ ਗੱਠੇ ਜਿਹਨੂੰ ਗੰਢੇ ਕਹਿੰਦੇ ਨੇ ਦਵਾਰ ਜੀ ਉਹਨੂੰ ਤੇ ਏਦਾਂ ਹੀ ਹੋਏਗੀ ਕੁੜੀ ਮੈਨੂੰ ਪਸੰਦ ਨੀ ਆਣੀ ਪਰ ਇਹਨਾਂ ਨੂੰ ਇਹ ਨੀ ਪਤਾ ਵੀ ਮੇਰੇ ਡੈਡੀ ਫੌਜ ਚ ਸੀ ਤੇ ਅਸੀਂ ਉੱਥੇ ਹੀ ਪੜੇ ਸੀ ਤੇ ਸਾਡੇ ਮਤਲਬ ਜਿਵੇਂ ਡੈਡੀ ਨੇ ਇੱਕ ਰੂਲ ਜੇ ਬਣਾਏ ਹੋਏ ਸੀ ਫੌਜੀਆਂ ਦਾ ਤੁਹਾਨੂੰ ਪਤਾ ਕਿੰਨੇ ਰੂਲ ਹੁੰਦੇ ਨੇ ਉਹਨਾਂ ਦੇ ਹਨਾ ਬਹੁਤ ਰੂਲ ਹੁੰਦੇ ਨੇ ਪੈਂਟ ਦੇਖੋ ਮੇਰੀ ਫੌਜੀ ਵਾਲੀ ਬਹੁਤ ਪੈਂਟ ਵੀ ਚੇਂਜ ਕਰਾ ਇਹ ਤਾਂ ਆਰਮੀ ਚ ਵੀ ਜਾਣ ਲੱਗੇ ਸੀ ਫਿਰ ਮੈਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਨਹੀਂ ਨਹੀਂ ਆਰਮੀ ਚ ਤਾਂ ਮੇਰੇ ਸੋਹਰਾ ਸਾਹਿਬ ਕਹਿੰਦੇ ਜੀ ਵਿਆਹ ਹੋਇਆ ਸੀ ਨਾ ਮੈਂ ਕਾਫੀ ਮਤਲਬ
एक्टिविटी शरीर च बहुत सी एक्चुअली हुण भी है लेकिन हुण टाइम काफी हो गया ना उम्र दे हिसाब नाल है ना ते हां ते मतलब मेनू कहंदे नहीं यार ए तेरे लंबाई भी ठीक है चेस्ट भी ठीक है उछल कूद भी तेरे च ठीक है तेनू करा देने मैं हो चलिया सी इन्हें नहीं होने दिता जिथे डेडी का जॉब सी जिथे देखो मेनू भी लै चले डेडी सरकारी नौकरी भी सरकारी नौकरी दोनों नु नहीं मिली हूं असि दोनों ही प्राइवेट ही बड़ी माड़ी गल कहने का मतलब सामने थाली पई है रोटी खानी नसीब नहीं हुई सामने थाली पई ए सब तकदीर दी गल है जिथे इन्हें लगना सीगा उथे हुण कुड़ी कोई नाभे दी सी किसी होर कुड़ी नूं जॉब मिल गई ओह जॉब मिल गई मेरे कहल 70-80-90 हजार रुपया ठीक है ते किधर आर्मी च होंदा चलो मेरा तो चलो ठीक सीगा काम ते उस टाइम कारगिल दी लड़ाई लगी सी ना लड़ाई करके मैं इन्हां नूं जान नहीं सी दित्ता क्योंकि ना इकलौते ही बेटे सी घर ਮੈਨੂੰ ਇਹਨਾਂ ਦੇ ਮੰਮੀ ਦਾ ਵੀ ਉਹ ਸੀ ਵੀ ਉਹ ਕਹਿਣਗੇ ਇੱਕੋ ਇੱਕੋ ਮੁੰਡਾ ਤੇ ਉੱਥੇ ਭੇਜਤਾ ਥੋੜੀ ਇਹ ਗੱਲ ਮੈਂ ਜਿਆਦਾ ਸੋਚੀ ਸੀ ਹੋਰ ਨੀ ਸੋਚੀ ਸੀ ਇਹੀ ਸੋਚੀ ਸੀ ਮੈਂ ਤੇ ਮਤਲਬ ਕਾਰਗਿਲ ਦੀ ਲੜਾਈ ਲੱਗੀ ਸੀ ਬੜਾ ਯੁੱਧ ਲੱਗਾ ਸੀ ਉਸ ਟਾਈਮ ਉਹਨਾਂ ਦਿਨਾਂ ਦੀਆਂ ਗੱਲਾਂ ਨੇ ਬਸ ਉਹਦੇ ਜਦੋਂ ਹੈ ਸੀ ਉਸ ਟਾਈਮ ਉਹਦੇ ਨੇੜੇ ਤੇੜੇ ਹੀ ਮਤਲਬ ਸਾਡੀ ਸ਼ਾਦੀ ਹੋਈ ਸੀ ਹੈਨਾ ਬੇਟਾ ਸੀ ਕੋਲ ਬੇਟਾ ਤੇ ਹੁਣ ਮਤਲਬ ਸੀ ਸਾਲ ਕੁ ਪਹਿਲਾਂ ਉਸ ਤੋਂ ਸਾਲ ਕੁ ਪਹਿਲਾਂ ਦੀ ਗੱਲ ਹੈ ਜਦੋਂ ਕਾਰਗਿਲ ਦੀ ਲੜਾਈ ਲੱਗੀ ਨਾ ਕਾਰਗਿਲ ਲੜਾਈ ਤੋਂ ਸਾਲ ਪਹਿਲਾਂ ਸਾਡਾ ਮਤਲਬ ਆਏ ਸੀ 97-98 ਚ ਉਦੋਂ ਤਾਂ ਬਹੁਤ ਯੰਗ ਸੀ ਐਨ ਜਿਮ ਵਗੈਰਾ ਜਾਂਦੇ ਸੀ ਬਹੁਤ ਸੀ ਉਹ ਬਸ ਹੁਣ ਤੁਹਾਨੂੰ ਪਤਾ ਜਦੋਂ ਕਬੀਲਦਾਰੀ ਚ ਪੈ ਜਾਂਦਾ ਬੰਦਾ ਪਹਿਲਾਂ ਕਿਰਾਏ ਦੀ ਫਿਰ ਇਹ ਸੋਚਦੇ ਘਰ ਵੀ ਲੈਣਾ ਜਿੰਮੇਵਾਰੀਆਂ ਬਹੁਤ ਪੈ ਗਈਆਂ ਸੀ ਬੱਚਿਆਂ ਨੂੰ ਸੈਟਿੰਗ ਕਰਾਣੀ ਹੈ ਬੱਚਿਆਂ ਨੂੰ ਪੜਾਉਣਾ ਉਹ ਟੈਨਸ਼ਨ ਆ ਨਾ ਕਿਤੇ ਨਾ ਕਿਤੇ ਬੰਦੇ ਨੂੰ ਖਾ ਜਾਂਦੀ ਹੈ ਤੇ ਮਤਲਬ ਜਿਹੜੇ ਫੋਰਨ ਕੰਟਰੀ ਵਾਲੇ ਗੋਰੇ ਹੈ ਉਹਨਾਂ ਦਾ ਸਿਸਟਮ ਕੁਝ ਹੋਰ ਹੈ ਉਹ ਤਾਂ 18 ਸਾਲ ਤੱਕ ਬੱਚੇ ਦੀ ਪਰਵਰਿਸ਼ ਕਰਦੇ ਨੇ ਉਸ ਤੋਂ ਬਾਅਦ ਫੜਾ ਦਿੰਦੇ ਨੇ ਆਪਣੇ ਇੱਧਰ ਤਾਂ ਵਿਆਹ ਤੱਕ ਪਰਵਰਿਸ਼ ਹੁੰਦੀ ਹੈ ਕਲਚਰ ਦਾ ਫਰਕ ਹੈ ਠੀਕ ਹੈ ਜੀ ਸਬਜ਼ੀ ਸੁਜੀ ਕੀ ਬਣਾਣੀ ਸਬਜ਼ੀ ਤਾਂ ਬਣਾਣੀ ਫਿਰ ਮੈਂ ਇੱਕ ਸਵਾਲ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦੀ ਹਾਂ ਵੀ ਚੱਲ ਵਿਆਹ ਹੋ ਗਿਆ ਸੀ ਆਪਣਾ ਪਸੰਦ ਤੁਸੀਂ ਕਰ ਲਿਆ ਸੀ ਮੈਨੂੰ ਤੇ ਫਿਰ ਵੈਸੇ ਤੁਸੀਂ ਖੁਸ਼ ਤਾਂ ਹੋਵੋਗੇ ਹੀ ਖੁਸ਼ ਮਹਾਰਾਜ ਖੁਸ਼ ਜਿਹੜਾ ਜੇਲਰ ਹੁੰਦਾ ਕੈਦੀ ਖੁਸ਼ ਜਿਹੜਾ ਨਾ ਜੇਲਰ ਸਾਹਿਬ ਹੁੰਦੇ ਨੇ ਜੇਲਰ ਸਾਹਿਬ ਜਿਹੜੇ ਵਿਚਾਰੇ ਕੈਦੀ ਹੁੰਦੇ ਕੀ ਖੁਸ਼ ਹੈ ਠੀਕ ਹੈ ਨਾ ਚਲੋ ਖੈਰ ਸ਼ੁਕਰੀਆ ਮਿਹਰਬਾਨੀ ਦੋਸਤੋ ਇਹ ਦੇਖੋ ਦਰਵਾਜ਼ਾ ਬਿਲਕੁਲ ਸਹੀ ਹੈ ਤੇ ਆਹ ਦੇਖੋ ਆਹ ਮਿਸਤਰੀ ਨੂੰ ਬੁਲਾਇਆ ਸੀ ਬਈ ਆਹ ਜਿਹੜੀ ਚੀਜ਼ ਹੈ ਨਾ ਬਾਜ਼ੂ ਚੇਂਜ ਕਰਕੇ ਜਾਈ ਮਿਸਤਰੀ ਆਇਆ ਨੀ ਮੱਖਣ ਸਿੰਘ ਤੇ ਆਹ ਪੂਰਾ ਵੈਸੇ ਤਾਂ ਦਰਵਾਜ਼ੇ ਨੂੰ ਲਗਾਉਂਦੇ ਤਾਂ ਹੈ ਨੀ ਅਸੀਂ ਮਤਲਬ ਕਿ ਦਰਵਾਜ਼ਾ ਉਤਰਵਾ ਹੀ ਨਾ ਦੀਏ ਯਾਰ ਉਤਰਵਾ ਦੋ ਦਰਵਾਜ਼ੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਦਰਵਾਜ਼ਾ ਤਾਂ ਕਦੀ ਲਗਾਈਦਾ ਨੀ ਹੈਗਾ ਬਾਹਰ ਲੱਗਾ ਵੇ ਸਿਸਟਮ ਸਾਰਾ ਤੇ ਅੱਜ ਫੋਨ ਕਰਕੇ ਬੁਲਾਉਂਦੇ ਆ ਬਾਕੀ ਸਬਜ਼ੀ ਬਣਾ ਰਹੀ ਸਬਜ਼ੀ ਅੱਜ ਆਪਾਂ ਬਣਾ ਰਹੇ ਹਾਂ ਕਾਲੀ ਤੋਰੀ ਹੈ ਵਾਹ ਜੀ ਵਾਹ ਵਧੀਆ ਬਣਦੀ ਹੈ ਕਾਲੀ ਤੋਰੀ ਪੇਟ ਦੀ ਵੀ ਸਹੀ ਰਹਿੰਦੀ ਹੈ ਅੱਛਾ ਜੀ ਤੜਕਾ ਦੇਖੋ ਦੇ ਤੜਕਾ ਦੇ ਵਾਹ ਉਹ ਤਾਂ ਤਰਿਆ ਗਿਆ ਹਾਂ ਟਮਾਟਰ ਕੱਟ ਦਾਂਗੇ ਬਾਕੀ ਯਾਰ ਇਧਰ ਤਾਂ ਥੋੜਾ ਠੀਕ ਸੀਗਾ ਤੇ ਦੀਵਾਰਾਂ ਫੇਰ ਉਦਾਂ ਨਾਲ ਜੇ ਕਰਾਈਆਂ ਸੀ ਅਸੀਂ ਸੋਚ ਰਹੇ ਦੀਵਾਰ ਇਸ ਜਗ੍ਹਾ ਤੇ ਨਾ ਇਹਦਾ ਹੀ ਉਹ ਟੈਲਾਂ ਹੀ ਲਵਾ ਦਈਏ ਯਾਰ ਲਓ ਜੀ ਲੱਗੀ ਤਾਂ ਤੋਰੀਆਂ ਇਹ ਤਾਂ ਬਣ ਰਹੀਆਂ ਨੇ ਬਣ ਰਹੀਆਂ ਵਾਹ ਕਾਲੀ ਤੋਰੀ ਇਹ ਕਾਲੀ ਤੋਰੀ ਅੱਛਾ ਉਹ ਨਾ ਆਪਣੇ ਬਾਹਰ ਜਿਹੜੀ ਕਲੀ ਕੁਲੀ ਜੀ ਉਤਰ ਗਈ ਹੈ ਬਾਹਰ ਤਾਂ ਟੈਲ ਹੀ ਲਗਵਾ ਦਿਓ ਜੀ ਹਾਂ ਟੈਲ ਦਾ ਹੋਏਗਾ ਕੰਮ ਕਿਉਂਕਿ ਕਲੀ ਤਾਂ ਰੁਕਦੀ ਨੀ ਹੈਗੀ ਦੀਵਾਰਾਂ ਸਲਾਬ ਬਹੁਤ ਹੈ ਨਾ ਸਹੀ ਗੱਲ ਹੈ ਬਹੁਤ ਜ਼ਿਆਦਾ ਸਲਾਬ ਅੰਦਰ ਤੇ ਸਰ ਗਿਆ ਆਪਣਾ ਸਰ ਗਿਆ ਹਾਂ ਇਹ ਮੈਨੂੰ ਤੜਕਾ ਬਹੁਤ ਚੜ ਰਿਹਾ ਮਲਕੀਤ ਬਾਹਰ ਚਲੋ ਬਾਹਰ ਇਹ ਬਾਹਰ ਵਾਲੀ ਸਾਈਡ ਹੈ ਨਾ ਦੇਖੋ ਇਹ ਬਹੁਤ ਬੁਰਾ ਹਾਲ ਹੋਇਆ ਵਾ ਤੋਲੀਆ ਭਰਾ ਕਰੀ ਬਣ ਜਾ ਕਿੰਨਾ ਦੇਖੀ ਉਦਣ ਕਲੀ ਕਰਾਈ ਸੀ ਕਿੰਨਾ ਬੁਰਾ ਹਾਲ ਓਥੋਂ ਲੈ ਕੇ ਨਾ ਓਥੋਂ ਲੈ ਗਏ ਇਹ ਲਾਈਨ ਤੋਂ ਲਾਏ ਗਏ ਨੀਚੇ ਨੀਚੇ ਟਾਈਲਾਂ ਲਵਾ ਦੇਣੀ ਆਪਾਂ ਉੱਪਰ ਰਹਿ ਠੀਕ ਹੈ ਬਸ ਫਾਈਬਰ ਦਾ ਵੀ ਕੰਮ ਨਿਬੇੜ ਦਿਆਂਗੇ ਠੀਕ ਹੈ
ਆ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਅਜੇ ਆ ਦੇਖੋ ਅੰਦਰ ਵੀ ਬੜਾ ਹੀ ਬੁਰਾ ਹਾਲ ਹੈ ਨਾ ਚਲੋ ਖੈਰ ਚਲੋ ਕੋਈ ਨੀ ਹੌਲੀ ਹੌਲੀ ਹੋ ਜਾਏਗਾ दोस्तो शाम का टाइम है मलकीत ने मंदिर जरा लिया ना तुम वेखा से खरीदन गए रोज दीवा ला दें देखो कि सोहना लग रहा देखो है ना हेलो दोस्तो की हाल ने अपने भाई साहब आरिया चाट ते आने सानू इत्थे आण के संतुष्टि हुंदी है ते तुसी फिर बने रहो साडे नाल ते जरूर दस्सो जिहड़ा साडा पिंड आया ना उहदी खुशी च कहिंदे मैं चल खा के आनी आ मैं मतलब जिस नूं कहा फुल खाणे नहीं मैं ते चलो खावांगे खावांगा सौदा आ गया हाफ हाफ ही खानी है सौदा आ चुका है फिर हम खाने फिर दसने देखो गाइस हार शिंगार का पेड़ इनी खुशबू है ना नीचे आ देखो भरिया हुआ देखो फुलां देखो चिट्टे चिट्टे फुल ही फुल है देखो देखो चिट्टा हुआ चिट्टे चिट्टे फुल ही है सारे दोस्तों देखो गुड़िया पापड़ बना रही है सेक रही है मतलब पापड़ मार्केट च लेके आए हैं सेकरी है बहुत वधिया सेकरी है ठंडा होने तो कड़कड़ा हो जाएगा ना फिर खावांगे सवेर तो रात हो गई है रात के खाने की तैयारी है ते वो पापड़ मीठी पाने की फिर रोटी नाल खावांगे ते आपां तुहानू कल मिलते हैं ते उदों तक बाय बाय गुड नाइट थैंक यू